Stop. Assalamualaikum. Waalaikumsalam. ये तो बंदे आपने निकली आजी सारे। आई पुख बड़ी दाढ़ी लगी है निकी। पुख लगी सांगी। हाँ, तो सांग बंदा दाढ़ी रहे कोई थोड़ा नंगा, लोटा तो ताऊसी, रोका, ताऊसी आज की जेवाज पैसे कटा। पैसे क्यों नहीं सांगी? पैसे नहीं चाहिए ना सांग, खान पीने चाहिए ना, या खाली पियाली जा या पैसे � चलो खाली पहले ने सोचा ऐसे सब कुछ भेज जाए अच्छा ना सही खाई किलो जी हमारे दोस्तों अस्सलाम वालेकुम इनका नाम साथ ठाक सो खुश बाश सो तालान ही जो अमान के सो मैं राशिद शबीर सो तकीरे यूट्यूब चैनल और फेसबुक पेज राशिद शबीर आज सोनी खिदमत जा फिर आज रहे हैं जी का नई वीडियो के इंतजार इस वेला मैं निकली है जी करूं बस तो मौसम सो तक को है बहुत ही सुहाना मौसम है और हवा चली रही बड़ी तेज़ है तो सर्दी का मौसम फिर दोबारा शुरू हो चुका है नाल ही मैं कि नहीं हाँ ऐसा तो कहना सोया शापर ये शापर जब मैं आता हूँ जी चौदह मौसम नहीं आता है वैसे भूखी आज बड़ी डाढ़ी लगी हुई है तो मैं आज की बंदा लभी जा मुँह तो खवालने वाला इस वजह से शापर की नहीं आया तो बाकी शापर इस वजह से होता है मौसम जरा है ना और पूरा खराब है तो मैं रास्ते बारिश लगी जाता सा झूले बाहर फिर ज़रा खून शून जो सही आए ना जी और बड़े तो छापड़ा है बेच क्योंकि सुनसान जगह जो है ना फिर असं कोई बंदा लभन नहीं गया जिथे असं अपने फोन सेव करा इस वजह से असं छापड़ हथ ही पौड़ी कहते तो बाकी हूँ असं अपने पापियों की दिखने जी जिन्हों रोज़ जाने होने सारा पापा ही कह जी पापा जहांगीर वैसे असं इन्हें चाचा होने तो एक खून चाहन होने उस वाले पापा ही होते हो सुनाओ अल्लाह अच्छे भुली गए सारे लागे आई गई असं घर तरह कहना खन्ने ਇਤੋ ਕੁਝ ਨਹੀਂ ਲੱਭਦਾ ਖੈਰ ਸੁ ਕੁਝ ਵੀ ਨਹੀਂ ਲੱਭਦਾ ਭਾਈ ਬੜੀ ਸਖਤ ਭੁੱਖ ਲੱਗੀ ਨੇ ਤੇ ਪੇਟੇ ਚੂਹੇ ਪੁੱਠੀਆਂ ਤੇ ਸਿੱਧੀਆਂ ਬਾਜੀਆਂ ਮਾਰਨੇ ਨੇ ਇਥਾ ਹੈ ਕਿ ਅਜੇ ਚੂਹੇ ਅੰਦਰ ਜਾ ਸਣਾ ਜਿਹੜਾ ਵੀ ਗਰਾਪੁਰ ਆ ਜਾਣਾ ਇਤੋ ਕੁਝ ਨਹੀਂ ਲੱਗਣਾ ਚੂਹਿਆਂ ਨੂੰ ਨਹੀਂ ਲੱਭਣਾ ਤੁਸੀਂ ਵੀ ਕੁਝ ਵੀ ਲੱਭਣਗੇ ਮੈਨੂੰ ਭੁੱਖੇ ਰਹੇ ਸਾਂ ਨਾ ਆਪੋ ਅੱਜ ਭੁੱਖਾ ਹੋਇਆ ਹਾਂ ਤਾਂ ਇਹ ਕੋ ਛਾਪਰਾ ਜਿਹਾ ਥੈ ਚੇ ਪੀਣਾ ਪਿਆ ਕੋ ਚਾਵਲ ਤਾਂ ਕਿ ਨਹੀਂ ਜਿਹੜੇ ਚਾਵਲ ਲੱਭੇ ਗਏ ਠੀਕ ਹੈ ਨਹੀਂ ਤਾਂ ਬਾਰਿਸ਼ ਲੱਗੀ ਵੀ ਤਾਂ ਫੋਨ ਤਾਂ ਬਸ ਆਣਾ ਹਾਂ ਇਹ ਗੱਲ ਮੰਨੀ ਤੁਸੀਂ ਤਦ ਸੋ ਕਿਆ ਕਰ ਸੁਵੇ ਮੈਂ ਤਾਂ ਸਾਨੂੰ ਪਿੱਛੇ ਪਿੱਛੇ ਜਿੱਦਰ ਮੈਂ ਉਧਰ ਤੁਸੀਂ ਸਾਨੂੰ ਫਿਰ ਆ ਦਾ ਸਾਨੂੰ ਸਿਆਹ ਰੋਡ ਹੈ ਥੱਲੇ ਆ ਜਿਹੜਾ ਵੀ ਲੰਘਣਾ ਅਸੀਂ ਹੱਥ ਦੇਣੇ ਆ ਤੇ ਅਸਾਂ ਅੱਜ ਕੋਈ ਪਲਾਓ ਪਲਾਓ ਹੈ ਜਾਂ ਕੁਝ ਦੇ ਜਾਓ ਸੰਗੀ ਤੇ ਜਾਂ ਸਹੀ ਕੁਝ ਪਲਾਓ ਪਲਾਓ ਇੱਥੇ ਸੜਕਾਂ ਤੇ ਕੋਈ ਨਹੀਂ ਦੇਣਾ ਜ਼ਰਾ ਵੀ ਬੰਦਾ ਨਾਲ ਖਲਸੀ ਨਾ ਜੀ ਕੁਦਰਾ ਨਾ ਕੁਦਰਾ ਜਾਂ ਪੈਸੇ ਦੇ ਜਾਸੀ ਜਾਂ ਕੋਈ ਖਾਈ ਪਲੇ ਜਾਸੀ ਆ ਇਹ ਗੱਲ ਮੰਨੇ ਨਹੀਂ ਆ ਕਿਸੇ ਡੱਕੋ ਤੇ ਕੋਈ ਜਣਾ ਨਾਲ ਆਥੇ ਕਿ ਕਿਣੀ ਜਾ ਜ਼ੋਰ ਹੈ ਜ਼ਰਾ ਜ਼ਬਰਦਸਤੀ ਕਿਣੀ ਜੋ ਸਾ ਜ਼ਬਰਦਸਤੀ ਕਿਣੀ ਜੋ ਸਾ ਕੰਮ ਕੰਮ ਸ਼ੁਰੂ ਕਰਨਾ ਆਪਣਾ ਫਿਰ ਨੀਤੀ ਕਿਣੋ ਆਈ ਜਾ ਜੀ ਹੁਣ ਰੱਖਣ ਲਿਆ ਰੋਡਿਆ ਹੱਥ ਦੇਣੇ ਬੰਦਿਆਂ ਕੀ ਕੋਈ ਨਾ ਕੋਈ ਤਾਂ ਲਾਲਾ ਬੰਦਾ ਲੱਗਸੀ ਨਾ ਜੀ ਹੁਣ ਇਥੋਂ ਤਾਂ ਜਾਂ ਕੋਈ ਬੰਦਾ ਲੱਗਸੀ ਨਾ ਉਸੇ ਰੋਕਸਾਂ ਆ ਜ਼ਰਾ ਭੁੱਖ ਲੱਗੀ ਤਾਂ ਜੇ ਵਾਜੀ ਕੁਝ ਵੀ ਨਹੀਂ ਤਾਂ ਅਸਾਂ ਜ਼ਰਾ ਫਿਰ ਸਟਾਪ ਅਸਲਾਮੁਅਲੈਕੁਮ ਵਾਲੇਕੁਮ ਅਸਲਾਮ ਇਹ ਤਾਂ ਬੰਦੇ ਆਪਣੇ ਨਿਕਲੀ ਆ ਜੀ ਸਾਰੇ ਹੋਰ ਜੀ ਕੀ ਹਾਲ ਹੈ ਠੀਕ ਠਾਕ ਜੀ ਸਸ ਲੋ ਅੱਲਾਹ ਦਾ ਸ਼ੁਕਰ ਆਈ ਭੁੱਖ ਬੜੀ ਡਾਢੀ ਲੱਗੀ ਜੀ ਨਿਕੀ ਭੁੱਖ ਲੱਗੀ ਸੰਗੀ ਹਾਂ ਤਾਂ ਸਾਂ ਬੰਦਾ ਤਾੜੀ ਰਿਹਾ ਕੋਈ ਥੋ ਲੰਗਾ ਲੋਟਾ ਤੋਂ ਤਾਂ ਉਸੀ ਰੋਕਾ ਤਾਂ ਉਸ ਅੱਜ ਕੀ ਜੇਵਾ ਜੀ ਪੈਸੇ ਕਢਾ ਠੀਕ ਹੈ ਪੈਸੇ ਕਿਉਂ ਨਹੀਂ ਸੰਗੀ ਪੈਸੇ ਨਹੀਂ ਚਾਹੀਦੇ ਸੰਗੀ ਖਾਣ ਪੀਣ ਨਹੀਂ ਚਾਹੀਦਾ ਜਾਂ ਖਾਲੀ ਪਿਆਲੀ ਜਾਂ ਪੈਸੇ ਦੇ ਜਾ ਖਾਣੇ ਪੀਣੇ ਚਲੋ ਖਾਲੀ ਪਹਿਲੇ ਨੂੰ ਸੰਗੀ ਪੈਸੇ ਸਾਫੇ ਕੁਝ ਭੇਜ ਜਾ ਸ਼ਾਪੇ ਭੱਜੇ ਪੈਸੇ ਤੋਂ ਭੇਜਣਾ ਸਹੀ ਜਾ ਇਤਨਾ ਹੋ ਜਾ ਕੇ ਸਾ ਪੇਟ ਭਰਾ ਜਾ ਸੀ ਜਾ ਪੇਟ ਭਰਨੀ ਸੀ ਸੋਨਾ ਰਾਤੇ ਸੋ ਜੀ ਲੋਨੇ ਸਾ ਸਾ ਪਰ ਆਈ ਗੱਡੀ ਗਿਓ ਯਾ ਮਾ ਕੋਈ ਗੱਲ ਸੀ ਆ ਚਾਰ ਸੰਗ ਪੇਟ ਪੂਜਾ ਕਰਾਣੇ ਆ ਹਾਂ ਹਾਂ ਇਹਦਾ ਮੇਰਾ ਕੰਮ ਹੀ ਹੋ ਗਿਆ ਅਗਰ ਸੋ ਪੇਟ ਪੂਜਾ ਸਾਈ ਕਰਾਉਂ ਤਾਂ ਪਹਿਲੇ ਸੇ ਨੀਅਤ ਖੱਤੇ ਸੋ ਕੇ ਕੋਈ ਬੰਦਾ ਲੱਭਿਆ ਤਾਂ ਪੇਟ ਪੂਜਾ ਕਰਾਂ ਜ਼ਰ ਅੱਜ ਘਰੋਂ ਰੋਟੀ ਕੋਲ ਲੱਭੀ ਤਾਂ ਮੈਂ ਚਲੋ ਰੋਟਾ ਜੁਲੇ ਅੱਲਾ ਨੇ ਕਿ ਬੰਦਾ ਉਸ ਨੰਗ ਸੀ ਆ ਨਾ ਕੋਈ ਖਵਾਲੀ ਪਿਆਲੀ ਆਸੀ ਹੈ ਚਲੋ ਠੀਕ ਹੈ ਸੇ ਖਵਾਲੀ ਪਿਆਲੀ ਨੇ ਫਿਰ ਕੋਈ ਕਿਹੜਾ ਮਸਲਾ ਹੈ ਜੀ ਬੜੇ ਛਾਪਰ ਅੱਜ ਨਾਲ ਲਾਏ ਨੇ ਇਹ ਕੋਣ ਜੀ ਆ ਆ ਉਹ ਛਾਪਰ ਖੁਲ ਸੀ ਨਾ ਜੀ ਸੋਨਾ ਪਿਆ ਛਾਪਰੇ ਜੀ ਸੋਨਾ ਪਿਆ ਹਾਂ ਕੋਤਾ ਖੋਸੋ ਇੱਥੇ ਖੋਸੋ ਜਾਂ ਪੂਰਾ ਜਿਲੋ ਅੱਗੇ ਕੋਈ ਖੋਲ ਲਿਆ ਕੋਈ ਸਹੀ ਜਗ੍ਹਾ ਪਰ ਪਾਪਾ ਜਾਂ ਕੀ ਕਹਿ ਆਖਣੇ ਵੇ ਮੈਂ ਤਾਂ ਉਹਨਾਂ ਤਿਆਰੀ ਕਰੋ ਇਹ ਤਾਂ ਲੱਭੀ ਕਹਿ ਨੂੰ ਤਾਂ ਕੱਲ ਉਹਨੇ ਹੋ ਦੇਸੀ ਮੋਲ ਕਰ ਲਓ ਫਿਰ ਆਨੇ ਨਾ ਲੱਭਣਾ ਛੱਪਰ ਫਾੜੀ ਤੇ ਲੱਭਣਾ ਛੱਪਰ ਫਟਾਣ ਹਾਂ ਇਹ ਉੱਪਰ ਸੇ ਗਿੜਾ ਖੰਜੂਰ ਮੇ ਅਟਕਾ ਹੋਇਆ ਨਹੀਂ ਅਟਕਣਾ ਅੱਜ ਖੰਜੂਰ ਹੀ ਨਹੀਂ ਅਟਕਣਾ ਇਹ ਨਾ ਉੱਥੇ ਕਿ ਨਹੀਂ ਜਾਣਦਾ ਤੇ ਘਰ ਚ ਮੁੜੀ ਤੇ ਵਾਪਸ ਹੀ ਨਾ ਉਹਨੂੰ ਉੱਥੇ ਹੀ ਛੋੜੀ ਚਾਣਾ ਨਾ ਨਾ ਕੋਈ ਟੈਨਸ਼ਨ ਦੀ ਗੱਲ ਨਹੀਂ ਕੋਈ ਡਾਕਟਰਾਂ ਦੀ ਬੁਕ ਰਾਈਸ ਸੰਸਾ ਕੀ ਹਾਂ ਅੱਛਾ ਹੋਣਾ ਸਾਂ ਖਾਈ ਜੀ ਲੋ ਉਹ ਰੁੰਨੇ ਤੱਕਨੇ ਇਸ ਵੇਲੇ ਪਹੁੰਚੀ ਆਏ ਜੀ ਅਸਾਂ ਛੁਤਰੋ ਬਾਜ਼ਾਰ ਹੈ ਵਿੱਚ ਬੈਕ ਸਾਹਿਬ ਤੋਂ ਤੱਕਨੇ ਸੋ ਸਾਰੇ ਪਾਪਾ ਕਾਂਟੇ ਛਾਂਟੇ ਚਾਹੀਦੇ ਖਲਤੇ ਹੁਣ ਪਤਾ ਨਹੀਂ ਕਾਂਟੇ ਕਿਹੜੇ ਚਾਹੀਦੇ ਖਲਤੇ ਸੋ ਤੱਕਨੇ ਸੋ ਇਹ ਜਿਹੜੇ ਆਏ ਨੇ ਖਾਣੇ ਪੀਣੇ ਦੇ ਕਾਂਟੇ ਬਾਕੀ ਇਸ ਵੇਲੇ ਅਸਾਂ ਜਿਸ ਜਗ੍ਹਾ ਮੌਜੂਦ ਆ ਜੋ ਅਸਾਂ ਨਜ਼ਰ ਆਈ ਰਸੀਆ ਪਿੱਛੇ ਹੈ ਫੂਡ ਕਿੰਗ ਰਜਨਾ ਸਹੀ ਆਂਦਾ ਨਾ ਉਹ ਤਾਂ ਸਹੀ ਲੱਭੇਗਾ ਉਹ ਗੇਵ ਗੁਜ਼ਰੇ ਉਹ ਤਾਂ ਨਸੀਬੇ ਵਾਲੇ ਹੈ ਜੀ ਇੱਥੇ ਅੰਦਰ ਹੀ ਨਾ ਗੇਵ ਹੋਣ ਜੁਲਣਾ ਇੱਥੇ ਚੱਕ ਕੰਨੇ ਆ ਜੀ ਉਹ ਇੱਥੇ ਆਏ ਜਾਂ ਕੋਣੀ ਹੈ ਇਹ ਤਾਂ ਭਾਵੇਂ ਵਾਲੇ ਲੈ ਨਸੀ ਗਏ ਅਸਾਂ ਲੱਭੇਗਾ ਉਹ ਕਿਤੇ ਗਏ ਅੱਛਾ ਅੰਦਰ ਹੈ ਇਹ ਤਾਂ ਅੰਦਰ ਸਾਰੇ ਛੱਪਣੇ ਜੁਲਣਾ ਪਏ ਜੀ
ਬੰਦਾ ਨਾਲ ਕੀ ਨਹੀਂ ਛਣਾ ਤਾਂ ਫਿਰ ਤੋਰ ਛਣਾ ਜਾਣਾ ਆਪੋ ਸੰਦਰ ਬੜੀ ਕੀ ਹੁੰਦਾ ਹੈ ਬਾਰਿਸ਼ ਲਈ ਮੌਸਮ ਖਰਾਬ ਸੀ ਤੇ ਪਹਿਲੇ ਆਈ ਗਿਆ ਸਭ ਤੋਂ ਲੇਟ ਹੋ ਗਿਆ ਸਮ ਸਾਈਕਲ ਸੀ ਰਿਹਾ ਐਸਾ ਤਾਂ ਕੋਈ ਲੋਗੋ ਫੂਡ ਕਿੰਗ ਵਾਲਿਆਂ ਪਤਾ ਚੱਲਣਾ ਇਸ ਪਾਪੇ ਨੇ ਕੀ ਵਰਦੇ ਅੱਜ ਅਸਲਾਮ ਅਲੈਕਮ ਵਾਲੇਕਮ ਸਲਾਮ ਮਾਸਟਰ ਜੀ ਮਾੜੀ ਨਹੀਂ ਕੁਛ ਨਹੀਂ ਵਰਦੇ ਆ ਪੂਰੇ ਸਤਾਈਆਂ ਨੇ ਹੋਏਗੇ ਜੀ ਇਹਨਾਂ ਤ੍ਰਈਆਂ ਨੇ ਤੇ ਨਾ ਚੌਵੀਆਂ ਨੇ ਤਾਂ ਪੂਰੇ ਕਿਹੜੇ ਨੇ ਹੋਏਗੇ ਸਤਾਈਆਂ ਨੇ ਅੱਜ ਪਾਪਾ ਜੋ ਕੇ ਕਰ ਸੰਜੋ ਸਤਾਈਆਂ ਨੇ ਬਿਲਕੁਲ ਠਈਆਂ ਪਈ ਗਏ ਠਈਆਂ ਨੇ ਸਮਝੋ ਸਤਾਈਆਂ ਨਾ ਸਮਝੋ ਹਾਂ ਬਾਕੀ ਉਹਨਾਂ ਕੇਕ ਆਸਾਂ ਅੱਜ ਕੱਟਣੇ ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਕੇਕ ਹੈਪੀ ਬਰਥਡੇ ਨਵੀਦ ਹੁਸੈਨ ਬਾਕੀ ਆਸਾਂ ਤੱਕਣੇ ਜੋ ਸੋ ਜੀ ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਫੁੱਲ ਪਏ ਉਹ ਜੋ ਛੁਰੀ ਰੱਖੀ ਜਾ ਸੀ ਜਾਂ ਤਾਂ ਨਵੀਦ ਨੇ ਉੱਪਰ ਰੱਖੀ ਜਾ ਸੀ ਜਾਂ ਇਹਨਾਂ ਫੁੱਲਾਂ ਨੇ ਉੱਪਰ ਰੱਖੀ ਜਾ ਸੀ ਬਾਕੀ ਆਸਾਂ ਚੈੱਕ ਕਰਨੇ ਸੋ ਜੀ ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਪੀਜ਼ੇ ਔਰ ਇਹ ਪੀਜ਼ੇ ਜਿਹੜੇ ਹੈ ਨੇ ਜੀ ਐਕਸਟਰਾ ਲਾਰਜ ਲੱਗੀ ਰਹੇ ਮੁਝੇ ਇਹਨਾਂ ਉਮਰ ਬਾਈ ਆ ਆਪਣੀ 27 ਸਾਲ ਇਸੇ ਜੀ ਨਹੀਂ ਸ਼ੱਕ ਲਾਉਣਾ 27 ਸਾਲ ਲਾਉਣੀ ਉਮਰ ਨਹੀਂ ਹੈ ਜ਼ਿਆਦਾ ਹੀ ਲਾਉਣੀ 2 ਸਾਲ ਪੰਜਾ ਸਾਲ ਰਸਮ ਸੇ ਜ਼ਿਆਦਾ ਬਾਈ ਹੋਰੇ ਘਟ ਬਣੀ ਜਈ ਸੀ ਨਾ ਜੀ ਅੱਡਾ ਹੋਈ ਗਣੀ ਮਾਰਸ ਸੰ ਬੜੀ ਲੱਗਣਾ ਤੇ ਨਾ ਜੀ ਇਹ ਗੱਲ ਮਾਰੀ ਸੇ ਫਿਰ ਦਾੜੀ ਚਿੱਟੀ ਹੈਗੀ ਆ ਤੁਸੀਂ ਕੀ ਉਮਰ ਕਿੰਨੀ ਦੱਸੀ ਨੇ ਮੈਂ 27 ਸਾਲ ਦੱਸੀ ਯਾਰ ਮਾਰੀਆਂ ਦੇ ਗੁਸਤ ਕੋ ਇਹ ਵੀ ਤੇ ਸਹੀ ਦੱਸੀ 19 ਸਾਲ ਹਾਂ ਸਹੀ ਕੀ ਗੱਲ ਦੱਸੀ ਮਾਰੀ ਤੇ ਜਨ ਉਂਦਰੇ ਕੀ 19 ਦਾ ਨੱਤੀ ਫਰਕ ਹੋਣਾ 10 ਸਾਲ ਨਾਲ ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਕੇਕ ਹੈਪੀ ਬਰਥਡੇ ਨਵੀਦ ਹੁਣ ਮਾਰੇ ਲਈ ਉਹ ਗਲੀਆਂ ਆਈਆਂ ਕਿ ਇਸ ਕੇਕ ਫੇਰੀ ਜਾ ਛੁਰੀ ਬਿਸਮਿਲ੍ਲਾਹਿ ਰਹਿਮਾਨਿ ਰਹੀਮ ਅਸਾਂ ਹੁਣ ਕੇਕ ਹੀ ਕੱਟੀ ਹੋਈ ਆ ਤਾਂ ਹੁਣ ਅਸਾਂ ਜਾਂ ਕੇਕ ਕੱਟਿਆ ਜੀ ਜਾਂ ਪੀਸ ਉਸ ਪੀਸਾਂ ਹੀ ਅਸਾਂ ਬਾਹਰ ਕੱਢਾਂ ਤਾਂ ਔਰ ਮੂੰਹ ਵਿੱਚ ਬਸਾਂ ਇਹਨਾਂ ਨੇ ਜ਼ਰੇ ਨਹੀਂ ਖਲਾਉਣਾ ਵੀ ਆਇਆ ਜੀ ਮੂੰਹ ਤਾਂ ਮਿੱਠਾ ਕਰਸਾਂ ਹੀ ਨਾ ਆਪਣਾ ਕਰਨਾ ਜਾਂ ਇਹਨਾਂ ਦਾ ਕਰਨਾ ਤੁਸੀਂ ਆਪਣਾ ਬਾਜੀ ਕਰੇ ਮਾੜਾ ਕੋੜਾ ਹੋਇਆ ਉਸ ਵੇਲੇ ਕੁਛ ਨੇ ਥੁੱਕਾ ਨੂੰ ਫਸ ਹੋਇਆ ਮਾੜੀ ਕੋਈ ਪਾਰਟੀ ਕੋਈ ਹੋਣੀ ਨਹੀਂ ਕੋਈ ਕਰਨਾ ਤੇ ਤੁਸਾਂ ਦੀ ਉਮਰ ਹੀ ਨਹੀਂ ਪੂਰੀ ਹੋਈ ਹੈ ਸ਼ਨੀ ਘਾਟ ਥੋੜਾ ਨਾ ਮੰਟਾ ਹੋ ਨਹੀਂ ਸੋਜੋ ਤੁਹਾਨੂੰ ਦੱਸਾਂ ਲੋਕਾਂ ਨੂੰ ਪਤਾ ਲਈ ਜਾਸੀ ਆ ਤੂੰ ਨਾ ਦੱਸੋ ਇੱਕ ਤਾਂ ਦੀ ਸਾਨੂੰ ਥੋੜੀ ਮਿਲਦੀ ਆ ਅਸਾਂ ਸਾਰਾ ਕੁਝ ਲਿਖਿਆ ਹੋਇਆ ਜੀ ਯੂਟਿਊਬ ਵੀ ਲਿਖਿਆ ਫੇਸਬੁੱਕ ਵੀ ਲਿਖਿਆ ਅੱਛਾ ਤੁਸੀਂ 15 ਸਾਲ ਪਿੱਛੇ ਦੱਸਿਆ ਸੀ ਨਾ ਲੋਕਾਂ ਨੂੰ ਨੋਟੀਫਿਕੇਸ਼ਨ ਜਾਣਾ ਜੀ ਮੈਂ ਇਤਨੇ ਸਾਲ ਦਾ ਹੀ ਆ ਬਾਕੀ ਬਹੁਤ ਬਹੁਤ ਮੁਬਾਰਕ ਹੈ ਜੀ ਤੁਹਾਨੂੰ ਜਿਹੜੇ 29 ਸਾਲ ਦੇ ਹੋਏ ਅੱਜ ਸੁਣਾ ਤਾਂ ਕੇਕ ਕਟਿਆ ਇਸ ਖੁਸ਼ੀ ਦੇ ਮੌਕੇ ਪਰ ਇੱਕ ਸਵਾਲ ਇੱਕ ਹੋਰ ਹੈ ਜ਼ਹਿਨ ਤੇ ਆ ਪਿਛਲੇ ਦਿਨ ਸਾਰੀ ਹੋਈ ਆ ਜੀ ਯੂਟਿਊਬ ਰਾਣੀ ਮੰਗੀਆਂ ਚੰਗੀਆਂ ਹੋਈਆਂ ਆ ਸਵਾਲ ਹੈ ਉਮਰ ਤਾਂ ਸਾਨੂੰ ਗੁਜ਼ਰੀ ਜਾਣੀ ਕਦੋਂ ਸ਼ਾਦੀ ਕਰੀ ਦੇ
ਸ਼ਾਦੀ ਬਸ ਜਦੋਂ ਅੱਲਾਹ ਤਾਲਾ ਦੇ ਹੁਕਮ ਆਇਆ ਜੀ ਮਾੜੀ ਦੋਸਤੋ ਖਾਣੇ ਪੀਣੇ ਦਾ ਉਹਨਾਂ ਨਿਜ਼ਾਮ ਸ਼ੁਰੂ ਹੀ ਗਿਆ ਜੀ ਆ ਕੇਕ ਅਸਾਂ ਉਹਨਾਂ ਖਾਈ ਰਹੇ ਬਾਕੀ ਉਸ ਤੱਕਣੇ ਸੋ ਭਾਪੇ ਸਾਰੇ ਕੇਕ ਸ਼ੇਕ ਖਾਈ ਰਹੇ ਬੱਜੇ ਕੇਕ ਆਏਗੀ ਅੱਗੇ ਪਿੱਛਾ ਤੱਕਣੇ ਤਾਂ ਆਏ ਹੀ ਉਹਨਾਂ ਤੇ ਹੋਰ ਵੀ ਬੰਦਾ ਇੱਥੇ ਆਇਆ ਜ਼ਿਆ ਭਾਪਾ ਜੰਗੀ ਹੋਈ ਆਈ ਆ ਜਾਏਗੀ ਅਸਾਂ ਘਰੋਂ ਭੁੱਖੇ ਅੱਜ ਬੀਵੀ ਨਾਲ ਜਿਹੜੀ ਆਇਆ ਜੀ ਪੇਕਿਆ ਗਈ ਵੀ ਆ ਤਾਂ ਖਾਣ ਸ਼ਾਮ ਕੋਲ ਲੱਭਾ ਆ ਚਲੋ ਜੀ ਨਾ ਸੱਸ ਪੈਦਾ ਕੋਈ ਹੋਈ ਸੱਸ ਦੁਆ ਕਰਨੇ ਹੁਣ ਹੋਈ ਸੀ ਹੁਣ ਸਾਰੀ ਦੁਆ ਹੀ ਹੈ ਸਾਡੇ ਨਾਲ ਮੌਜੂਦ ਆ ਜੀ ਅਦਰੀਸ ਇਹਨਾਂ ਭਾਪੀਆਂ ਦਾ ਭਰਾ ਤੇ ਨਵੀਦ ਨਾ ਕਜ਼ਨ ਅਸਲਾਮ ਵਾਲੇ ਕੌਣ ਕਿਆ ਲੈ ਠੀਕ ਹੋ ਅਗਰ ਅਸੀਂ ਨਜ਼ਰ ਕੋਈ ਆਏ ਕੁਦਰਸੋ ਗਿਆ ਨਾ ਡਿਲੀਵਰੀ ਦੇਣ ਮਸੇ ਮੁੜਿਆ ਵਾਪਸ ਬਾਸ਼ੇ ਸੀ ਜਾ ਕੇ ਲਾ ਅੱਛਾ ਇਹ ਸਾਹਿਬ ਜਬ ਬੰਦਵਾਸ ਤੋਂ ਕੀਤਾ ਹੈ ਤੁਸਾਂ ਤਿਆਰ ਕੀਤਾ ਹੈ ਜੀ ਬਿਲਕੁਲ ਅਸਾਂ ਤਿਆਰ ਕੀਤਾ ਸਰ ਤੁਸਾਂ ਹੀ ਤਰਫੋਂ ਤਾਂ ਨਹੀਂ ਹੋ ਰਿਹਾ ਨਾ ਨਾ ਬੜੇ ਪ੍ਰਾਣੀ ਤਰਫੋਂ ਹੋ ਰਿਹਾ ਤਾਂ ਬਸ ਅਸਾਂ ਨਾਲ ਹੀ ਸਾਂ ਜ਼ੈ ਅਸਾਂ ਜਾਂ ਕਮਾਈ ਸ਼ਮਾਈ ਦੇਣੇ ਤਾਂ ਉਹਨਾਂ ਹੀ ਦੇਣੇ ਹੋ ਸਰ ਜ਼ੈਰਾ ਬੜੇ ਪ੍ਰਾਣੀ ਜੀ ਬਾਕੀ ਸਿੱਜੇ ਕੋ ਲਿਓ ਲੱਗਣੇ ਹੋ ਜ਼ੈਰਾ ਬਾਰਸ਼ੇ ਮਸੇ ਡਿਲੀਵਰੀ ਦਿੱਤਾ ਹੈ ਅੱਛਾ ਬਾਰਿਸ਼ ਲੱਗੀ ਦੀ ਹੈ ਜੀ ਜੀ ਬਾਰਿਸ਼ ਲੱਗੀ ਹੈ ਵਾਲੇ ਸਲਾਮ ਬਾਕੀ ਤਾਂ ਪੀਜ਼ੇ ਵੀ ਜੁਟੇ ਉਹ ਵੀ ਮੁਕਾਈ ਰਹੇ ਤਾਂ ਮੀਂਹ ਤਾਂ ਪੁੱਛਿਆ ਵੀ ਕੁੜਨੇ ਬੰਦਾ ਸੱਦੀ ਉਹਨਾਂ ਤਾਂ ਅਸੀਂ ਕੁਝ ਪੁੱਛੀ ਵੀ ਉਹਨਾਂ ਨਾ ਕਿਆ ਖਾਸ ਹੈ ਤੁਸੀਂ ਇਹ ਭੁੱਖ ਲੱਗੀ ਜਨਾਬ ਦੋ ਪੀਜ਼ੇ ਦਾ ਪੇਵੇ ਜੇ ਕਿੱਦਾਂ ਲੱਖੋ ਤੁਸੀਂ ਕੁਛ ਅੱਗੇ ਪੇਵੇ ਜੀ ਮਾਰੇ ਗਾ ਤਾਂ ਕੋਣ ਕਿਆ ਪਿਆ ਵਾ ਕੇਕ ਪਲੇਟਾਂ ਨਜ਼ਰ ਮਾਰਾ ਪਿਆ ਹੁਣ ਪੀਜ਼ਾ ਇਹ ਪੀਸ ਪਿਆ ਵਾ ਪੀਜ਼ਾ ਨਹੀਂ ਪਿਆ ਵਾ ਪੀਸ ਪਿਆ ਵਾ ਪੂਰਾ ਪੀਜ਼ਾ ਖਾ ਤੋ ਮੂੰਹ ਜਾਨ ਨਹੀਂ ਪੀਸ ਖਾਣਾ ਬਣਾ ਤੈ ਇਸ ਤੋਂ ਘਾਈ ਠੀਕ ਸਭ ਭੁੱਖਾ ਮੈਂ ਸ਼ਾਬਾ ਹੀ ਮਾਗ ਪਾਈ ਕੁਦੇ ਗਿਆ ਜਿਹੜਾ ਨਹੀਂ ਬਰਦ ਹੋਣੀ ਉਹ ਐਸਾ ਖਾਣੇ ਨੇ ਜ਼ਰਾ ਬੜੇ ਬੰਦੇ ਨੇ ਨਾ ਪੇਟ ਬੜਾ ਆ ਬਾਕੀ ਹੁਣ ਅਸਾਂ ਪੀਜ਼ਾ ਖਾਈ ਰੱਖੀ ਇਸ ਕਰਕੇ ਤੁਸੀਂ ਬਣੇ ਜੀ ਕਿਸਾ ਬਣਦਾ ਆ ਆਹਾ ਅਸਾਂ ਜਿਹੜਾ ਆਰਡਰ ਦਿੱਤਾ ਸੀ ਮਾਰੇ ਲਈ ਤਕਰੀਬਨ ਅੱਧਾ ਘੰਟਾ ਪਹਿਲਾਂ ਦਿੱਤਾ ਸੀ 45 ਮਿੰਟ ਤੇ ਜ਼ਰਾ ਥੋੜ੍ਹੇ ਸਰਦੀ ਦਾ ਮੌਸਮ ਥੋੜ੍ਹੇ ਠੰਡੇ ਗਿਆ ਪਾਰਿਸ ਨੂੰ ਟੇਸਟ ਜਿਹੜਾ ਆ ਜੀ ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਹੈ ਇੰਨਾ ਭਾਪੇ ਹੋਣਾ ਇਹ ਇੱਥੇ ਆਇਆ ਹੈ ਆਸੀਸ਼ਮ ਜੀ ਅਸਲਾਮ ਵਾਲੇ ਕੌਣ ਵਾਲੇਕੁਮ ਸਲਾਮ ਜੀ ਠੀਕ ਹੋ ਸਰ ਠੀਕ ਹੈ ਅਮਨ ਸ਼ੁਕਰ ਕਿਆ ਨਾਂ ਹੈ ਸੁਣਾ ਮੇਰਾ ਨਾਂ ਰਜ਼ਾਮ ਸ਼ੋਅ ਜੀ ਕਿੰਨਾ ਟਾਈਮ ਹੋ ਗਿਆ ਅਸੀਂ ਇੱਥੇ ਪੀਜ਼ਾ ਰੱਖਿਆ ਇਹ ਅਸੀਂ 11/21 ਮਾਸ਼ਾਅੱਲਾ ਖੋਲੀ ਸੀ ਓਪਨ ਕੀਤੀ ਸੀ ਸ਼ਾਪ ਤਾਂ ਕਿਹੜਾ ਰਿਸਪੌਂਸ ਮਿਲ ਰਿਹਾ ਮਾਸ਼ਾਅੱਲਾ ਜ਼ਬਰਦਸਤ ਸਾਡੇ ਪੂਰੇ ਏਰੀਏ 'ਚ ਮੈਂ ਆਣਾ ਕਿ ਰਿਸਪੌਂਸ ਅੱਛਾ ਆ ਕੁਦਕ ਦਲ ਤੱਕ ਡਿਲੀਵਰੀ ਕਰਨੇ ਹੋ ਚਾਣੇ ਤੱਕ ਬਠਾਰ ਚਾਣਾ ਤੇ ਇਧਰੋਂ ਕਲੋਰ ਤੱਕ ਐਡਰੈਸ਼ ਨੇ ਜੀ ਜੀ ਖੈਰੀ ਹੋਈ ਆ ਵਿੱਚ ਸਮਲੋਟਾ ਹੈਰ ਨਾ ਗਏ ਪਰ ਇਹ ਖੈਰੀ ਤੱਕ ਜਾਣਾ ਨਾ ਸੜ ਜਾਣਾ ਇਹ ਤਾਂ ਕੋਣ ਇਹ ਸਾਰੀਆਂ ਟੂਮਾਂ ਇਹ ਖੈਰੀ ਨਹੀਂ ਆਉਣੇ ਨੇ ਇਹ ਨਜ਼ਰ ਖਾਈ ਪੀ ਇਸ ਵੇਲੇ ਫ੍ਰੀ ਹੋ ਚੁੱਕੇ ਐ ਭਾਪੇ ਬੈਠੇ ਨੇ ਸਾਰੇ ਖਾਣੇ ਪੀਣੇ ਤੋਂ ਬਾਅਦ ਵੀ ਬੰਦਾ ਪਾਣੀ ਪਿਲਾਈ ਜਾਂਦਾ ਕਾਲਾ ਕੋਲਾ ਪਲਾਸ ਚਿੱਟਾ ਕੋਈ ਪਲਾ ਜੀ ਕਾਲੇ ਆਪਣਾ ਮਜ਼ਾ ਲਓ ਨਹੀਂ ਗੈਸ ਪਸੰਦ ਕੋਣੀ ਗੈਸ ਬੰਦ ਕੋਣੀ ਬਾਹਰ ਬਾਰਿਸ਼ ਲਈ ਤੇ ਬਾਰਿਸ਼ ਪਾਣੀ ਥੋੜਾ ਲਾਈ ਕਿੰਨੇ ਆ ਗੈਸ ਖਤਮ ਹੋ ਜਾਣੀ ਇਹ ਪਤਾ ਨਹੀਂ ਕੋਣੀ ਇਹ ਹੁਣ ਪਲਾਸ ਹੋ ਇਹ ਪਲੀ ਪੀਓ ਕਾਲਾ ਰੰਗ ਮੈਂ ਪਸੰਦ ਕਰਨਾ ਲੋਕ ਪਸੰਦ ਕਰਨਾ ਤੁਸੀਂ ਬਹੁਤ ਪਸੰਦ ਕਰਨੇ ਹੋ ਐਸਾ ਰੰਗ ਬੜਾ ਸੋਹਣਾ ਆ ਇਹ ਅਸੀਂ ਸਕਿਨ ਪਸੰਦ ਹੈ ਇਹ ਤਾਂ ਸਿਰਾ ਬਣਾਉਣੇ ਨੇ ਕਾਲਾ ਕੋਲਾ ਮਤਲਬ ਕਾਲਾ ਰੋਜ਼ ਖਾਈ ਤਾਂ ਅਸਾਂ ਫ੍ਰੀ ਹੋਇਆ ਜੀ ਇਹ ਅਸਾਂ ਕੋਈ ਸਪੈਸ਼ਲ ਚੀਜ਼ ਨਜ਼ਰ ਚ ਨਹੀਂ ਆਏ ਪਾਪੇ ਹੋਰਾਂ ਸਾਰੇ ਉਸਤਾ ਸਪੈਸ਼ਲ ਤਿਆਰ ਕੀਤੀ ਜੀ ਅਸਲਾਮ ਵਾਲੇਕੁਮ ਵਾਲੇਕੁਮ ਸਲਾਮ ਜੀ ਸਰ ਕੀ ਹਾਲ ਹੈ ਠੀਕ ਹੋ ਅੱਲਾ ਸ਼ੁਕਰ ਸੋਹਣਾ ਠੀਕ ਠਾਕ ਇਹ ਸਾਰੇ ਉਸਤਾ ਕੀ ਤਿਆਰ ਕੀਤਾ ਇਹਨੇ ਇਹ ਮਾਰਗਰੀਟਾ ਜੀ ਬਲੂ ਲੈਗੋਨ ਠੀਕ ਹੈ ਮੈਨੂ ਵਿੱਚ ਨਵਾਂ ਸਟਾਰਟ ਕੀਤਾ ਤੇ ਆਈ ਹੋਪ ਤੁਸਾਂ ਕੀ ਪਸੰਦ ਇਸੀ ਇਨਸ਼ਾਅੱਲਾ ਇਸ ਨੇ ਵਿੱਚ ਕੀ ਕੀ ਪਿਆ ਹੋਇਆ ਇਸ ਨੇ ਵਿੱਚ ਸਪਰਾਈਟ ਵਗੈਰਾ ਹੋਣੀ ਨਿੰਬੂ ਵਗੈਰਾ ਆਇਆ ਉਸ ਤੋਂ ਬਾਅਦ ਫਲੇਵਰ ਜਿਹੜਾ ਆ ਉਹ ਹੋ ਗਿਆ ਸਮਰ ਪਰ ਡਿਪੈਂਡ ਹੈ ਵੈਦਰ ਪਰ ਸਾਰਾ ਕੁਝ ਸੀਜ਼ਨ ਆ ਰਹੇ ਹੁਣ ਸਮਰ ਏ ਸੀ ਤਾਂ ਉਸ ਵਿੱਚ ਕੰਮ ਤੇਜ਼ ਹੋਈ ਜਾ ਸੀ ਸਮੇਂ ਜ਼ਿਆਦਾਤਰ ਸਾਡਾ ਇਹ ਕੰਮ ਜਿਹੜਾ ਆ ਬ੍ਰਿਟਿਸ਼ ਹਵਾਮ ਨਾਲ ਚੱਲਾਂ ਬ੍ਰਿਟਿਸ਼ ਹੁਣ ਅਲਹਮਦੁਲਿਲਾ ਅੱਛਣੇ ਪਏ ਤਾਂ ਹੁਣ ਮਜ਼ੀਦ ਇੰਪਰੂਵਮੈਂਟ ਅੱਛਣੇ ਪਈ ਬਾਕੀ ਕਿਆ ਸਮਾਂ ਪੀਜ਼ਾ ਟੇਸਟ ਕੀਤਾ ਆ ਜੀ
ਇਹ ਉਹਨਾਂ ਚੀਜ਼ ਅਸਾਂ ਟੇਸਟ ਕਰਸਾਂ ਤਾਂ ਆਵਾਮ ਕੀ ਬਸਾਂ ਕੈਸੀ ਬਣਤੀ ਹੈ ਬਾਕੀ ਆਵਾਮ ਕੈਸਾ ਰਿਸਪੋਂਸ ਦੇ ਰਹੀ ਹੈ ਇਸ ਨਾਲ ਆਵਾਮ ਅਲਹਮਦੁਲਿਲਾ ਠੀਕ ਹੈ ਅਸਾਂ ਜਿਹੜੇ ਆਪਣੇ ਇੱਥੇ ਬੰਦੇ ਉਹ ਜ਼ਰਾ ਕਾਟਿਸ ਕੀ ਚੈੱਕ ਕਰਨ ਲੱਗੀਆਂ ਕਿ ਉਹ ਜੇ ਨਵੀਂ ਚੀਜ਼ ਹੈ ਨਾ ਇਤਨਾ ਜ਼ਿਆਦਾ ਇਸ ਨੇ ਚ ਨਹੀਂ ਇੰਟਰਸਟਿਡ ਬੱਲੇ ਬੱਲੇ ਹੁਣ ਟਾਈਮ ਗੁਜ਼ਰਨੇ ਨਾਲ ਕਰਨਾ ਪਏ ਸੀ ਉਹਨਾਂ ਕੀ ਜ਼ਹਿਰ ਚੈੱਕ ਕਰਨੇ ਜਿੰਨਾ ਜਿੰਨਾ ਕੀਤਾ ਆਲਮੋਸਟ ਕੋਈ ਬੰਦਾ ਨਹੀਂ ਜਿਸ ਆਖਿਆ ਕਿ ਨੋਰਮਲ ਹੈ ਅਲਹਮਦੁਲਿਲਾ ਸਾਰੇ ਪਸੰਦ ਕਰਨੇ ਪਏ ਇਸ ਚੀਜ਼ ਹੈ ਕਿ ਬਾਕੀ ਆ ਕਿ ਰਿਸਪੋਂਸ ਅੱਛਾ ਆਵਾਮ ਨਾਲ ਪੀਜ਼ਾ ਵਗੈਰਾ ਵੀ ਠੀਕ ਹੈ ਇੰਪਰੂਵਮੈਂਟ ਅੱਛੀ ਨਹੀਂ ਵੀ ਰਸ਼ ਵਗੈਰਾ ਤੇਜ਼ ਹੈ ਹੁਣ ਤਾਂ ਜ਼ਹਿਰ ਸੀਜ਼ਨ ਹੈ ਸੀਜ਼ਨ ਨਾਲ ਸਾਰਾ ਕੁਝ ਡਿਪੈਂਡ ਹੈ ਬਟ ਮੋਸਟਲ੿ੀ ਕਮ ਬ੍ਰਿਟਿਸ਼ ਬੰਦਿਆਂ ਨਾਲ ਹੀ ਹੋਣਾ ਅਸਾਂ ਨੇ ਆਪਣੇ ਬੰਦੇ ਵੀ ਠੀਕ ਹੈ ਅਲਹਮਦੁਲਿਲਾ ਅੱਛੇ ਸਪੋਰਟ ਕਰਨੇ ਔਰ ਉਹਨਾਂ ਦੀ ਵਜ੍ਹਾ ਤੋਂ ਸਾਡਾ ਇਹ ਕੰਮ ਸਾਰਾ ਕੁਝ ਚੱਲਣਾ ਪਿਆ ਬਾਕੀ ਹੁਣ ਅਸੀਂ ਟੇਸਟ ਕਰਨਾ ਜੋ ਬਣਿਆ ਕਿਸਾ ਬਣਦਾ ਹੈ ਸਪਰੇਟਾਂ ਦਾ ਇਸ ਤਰ੍ਹਾਂ ਫਲੇਵਰ ਆਇਆ ਸੀ ਉਸੀ ਜਿਹੜਾ ਉਹ ਹੋਣੀ ਹੈ ਇਹ ਸੀ ਜਿਹੜਾ ਐਕਸਟਰਾ ਭੇਜਣਾ ਹੈ ਕੰਮ ਠੀਕ 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 ਯਾਨੀ ਕਿ ਮਜ਼ਾ ਕਰਨਾ ਪਿਆ ਜ਼ਿਆਦਾ ਜ਼ਹਿਰ ਹੈ ਬਾਕੀ ਆ ਸਾਰੇ ਭਾਪੇ ਵੀ ਮੌਜੂਦ ਹੈ ਇਹ ਟੇਸਟ ਕਰੀ ਤਾਂ ਬਸ ਨੇ ਸੀ ਸਾਰੇ ਚੁਸਕੀ ਕਿੰਨੋ ਹੈ ਇੱਕ ਇੱਕ ਨਾਈਸ ਹੈ ਜੀ ਪਸੰਦ ਆਇਆ ਪਸੰਦ ਆਇਆ ਜ਼ਬਰਦਸਤ ਕਿਆ ਬਸ ਹੋਇਆ ਵਾਮ ਕੀ ਵਾਮ ਹੀ ਬਸਾਂ ਸਾਰੇ ਕੋਈ ਟੇਸਟ ਕਰੋ ਫੂਡ ਕਿੰਗ ਪਰ ਹਾਂ ਪਾਪਾ ਜੀ ਜਿਹਨੇ ਦਿਸਣਾ ਨੇ ਕਿਆ ਪਿਆ ਵਾ ਸਾਰੀ ਚਾਚਾ ਜੰਗੀ ਬਹੁ ਨਿੰਬੂ ਹੈ ਨਿੰਬੂ ਤਾਂ ਦਿਸਣਾ ਪਿਆ ਨਾ ਤੁਸੀਂ ਦਿਸਿਆ ਹਾਂ ਤੇ ਪਿਆ ਕੀ ਇਹਨੇ ਹੁਣ ਸੰਭਿਆ ਜੀ ਇਹ ਕਿਆ ਨਾਲ ਇਹ ਸੁਰਾਖ ਲੱਗਣੇ ਵਿੱਚ ਪਤਾ ਪਿਆਜ਼ ਨੇ ਪਿਆਜ਼ ਹੈ ਉਹ ਹੈ ਉਹ ਹੈ ਉਹ ਹੈ ਸਮਝਿਆ ਕਰ ਨਾਲ ਪੂਦਣਾ ਹੀ ਪਿਆ ਆਪਣੇ ਅੱਛਾ ਅੱਛਾ ਇਹ ਮਿਕਸ ਕਰੀ ਤੇ ਕਿਆ ਬਣਦਾ ਜੂਸ ਆਏ ਇਹ ਸਪਰੈਟ ਨਹੀਂ ਪਤਾ ਲਗਾ ਲੋੜ ਪੁੱਛੀ ਗਿਆ ਸਾਰੇ ਮੰਦਨੇ ਦਾਦਾ ਮੰਗਾ ਕੇ ਤਾਂ ਉਹ ਤਾਂ ਪਾਪਾ ਜੀ ਯੂਕੇ ਸਾਇਓ ਪਈ ਪਾਸਣ ਨਹੀਂ ਮਜ਼ਾ ਆਇਆ ਜੀ ਮੈਂ ਆ ਰਿਹਾ ਸਾਰੇ ਐਕਸ਼ਨ ਚੈੱਕ ਕਰਨ ਹਾਂ ਜੀ ਸਾਂ ਟੇਸਟ ਕਰੋ ਇਹ ਮਜ਼ੇ ਨਾਲ ਸਰ ਬੋ ਬੋ ਮਜ਼ੇ ਨਾਲ ਛੋੜਿਆ ਹੋ ਬਾਕੀਆਂ ਸਾਰੇ ਵੀ ਇਹ ਨਾ ਇਤਨਾ ਮਜ਼ੇ ਨਾਲ ਲਗਾ ਛੋੜੋ ਹੀ ਨਾ ਉਹਨਾਂ ਵਾਸਤੇ ਨਾ ਨਾ ਜੀ ਹਾਂ ਜੀ ਠੀਕ ਹੈ ਜੀ ਕੈਮਰਾ ਬੰਦ ਕਰ ਤਾਂ ਫਿਰ ਪਤਾ ਟੇਸਟ ਕਰਨਾ ਚਾਹੀਦਾ ਠੀਕ ਹੈ ਮਾਸ਼ਾਅੱਲਾ ਅਸਾਂ ਖਾਈ ਪੀ ਤਾਂ ਬਾਹਰ ਨਿਕਲੀ ਆ ਬਾਕੀ ਸਾਰੇ ਭਾਪੇ ਨਵੀਦ ਨਾਲ ਬਹੁਤ ਸ਼ੁਕਰੀਆ ਜੀ ਜਿਹੜਾ ਉਹਨਾਂ ਆਪਣੀ 29ਵੀਂ ਬਰਥਡੇ ਪਰ ਅਸਾਂ ਕੀ ਕੇਕ 29ਵੀਂ 27 ਫੋਲ ਨਹੀਂ ਆਸਤੇ ਇਹਨਾਂ ਬਾਹਰ ਦਾ ਇਹ ਫਿਰ ਉਹ ਕੱਲ ਗੱਲ ਆਈ ਜਾਂਦੀ ਹੈ ਕਿ ਰਿਕਾਰਡ ਚੱਕ ਰਹਾ ਹੋਇਆ ਰਿਕਾਰਡ ਚੱਕ ਰਿਹਾ ਸਰ ਕੱਢੋ ਬਾਹਰ ਬਾਹਰ ਤੋਂ ਤਾਂ ਚਾਰ ਘੋੜੀ ਹੈ ਬਾਹਰ ਤੋਂ ਬੰਦਾ ਲਾਇਸੈਂਸ ਯਾਰ ਸੋ ਬਣਾਇਆ ਵਾ ਲਾਇਸੈਂਸ ਸੇ ਨਾ ਬੰਦਾ ਹੁਣ ਤੋਂ ਬਣਾਇਆ ਉਹ ਕਿਥਾਨੇ ਉਹ ਵੀ ਘਰ ਇਹ ਜਰਾ ਬੋਲਾ ਜੀ ਹੁਣ ਜਰਾ ਗੋਜੇ ਹੱਥ ਨਾ ਮਾਰੀ ਸਕਣਾ ਨਹੀਂ ਤਾਂ ਸਾ ਗੋਜੇ ਹੱਥ ਬਾਈ ਨਾ ਸਾ ਵੀ ਸਮਾਨ ਬਾਹਰ ਕੱਢੀ ਜਾਣਾ ਵਾਮ ਕੀ ਦਸਾਂ ਜੀ ਇਸ ਦੀ ਉਮਰ ਕਿਤਨੀ ਹੈਗੀ ਆ ਬਾਕੀ ਆ ਕੋਲੋ ਸਾ ਸਾ ਮੂਦਾ ਕੀ ਸਮਝ ਜੀ ਸੋ ਅੰਦਾਜ਼ਾ ਕਰ ਸਕਦੇ ਇਸ ਦੀ ਉਮਰ ਕਿਤਨੀ ਹੈਗੀ ਆ ਬਾਕੀ ਲੈਬ ਲਾਇਆ ਜੀ ਜ਼ਰਾ ਸਾਨੂੰ ਘਰੋਂ ਭੁੱਖਿਆ ਗਿਆ ਛਾਪਾ ਵੀ ਜਾਂਦਾ ਛਾਪੇ ਤੇ ਕੁਝ ਵੀ ਨਹੀਂ ਲੱਭਾ ਪੇਟ ਭਰਾਉਣ ਗਿਆ ਬਾਕੀ ਇਹ ਦਿਹਾੜੀ ਨਾ ਖਾਣਾ ਸੀ ਰਾਤੀ ਵੀ ਨੇਰਾ ਪੈਣਾ ਪਿਆ ਤਾਂ ਰਾਤੀ ਲਈ ਹੋਟਲ ਆਪ ਕੋਈ ਮਸਾ ਨਹੀਂ ਖਾਣੇ ਠੀਕ ਹੈ ਕੋਈ ਵੀ ਜਾਂਚ ਨਹੀਂ ਕਾਰਡ ਜੁੱਤੇ ਹੀ ਖਾਓ ਜੇ ਫਿਰ ਜੁਲੋ ਕਾਰਡ ਹੀ ਸਾਨੂੰ ਨਸੋ ਤਾਂ ਉਮਰ ਰਾਜ ਖੁੱਲੀ ਸੀ ਸਾਨੂੰ ਨਸੋ ਹੈ ਬਾਕੀ ਹੁਣ ਅਸਾਂ ਵੀ ਜੁਲਾਂ ਤੁਹਾਨੂੰ ਪੈਦਾ ਹੀ ਗਏ ਹੁਣ ਤੁਸੀਂ ਕਾਰਡ ਜਾਣਾ ਤਾਂ ਅਸੀਂ ਮੁਬਾਰਕਬਾਦ ਦੇਣਾ ਨਹੀਂ ਜਾਣਾ ਤਾਂ ਫਿਰ ਇੱਥੇ ਹੀ ਰਹੋ ਬਾਕੀ ਹੁਣ ਕਿ ਨਾ ਹੋ ਗਿਆ ਇਜਾਜ਼ਤ ਕਿਆ ਕਿ ਰਾਤ ਵੀ ਹੋਣੀ ਵੀ ਹਨੇਰਾ ਵੀ ਪੈਣਾ ਪਿਆ ਤੁਸੀਂ ਪਤਾ ਸਾਰੇ ਘਰ ਵਾਲੇ ਰੋਲਾ ਬਣੇ ਹਨੇਰਾ ਪੈਣੇ ਸੀ ਪਹਿਲਾਂ ਘਰ ਪਹੁੰਚੀ ਕਿਆ ਕਰੋ ਨਹੀਂ ਤਾਂ ਬਾਹਰ ਜਾ ਕਰੋ ਬਾਕੀ ਖਾ ਪੀਣਾ ਇੰਜੋਏ ਕੀਤਾ ਨੇ ਮਾਸ਼ਾਅੱਲਾ ਬੜਾ ਕਿੰਨਾ ਸਵਾਦ ਆਇਆ ਨਾ ਪੀਜੇ ਤਾਂ ਮਜ਼ਾ ਹੀ ਆ ਗਿਆ ਮੁੱਕਾ ਲੋ ਤਾਂ ਬੈਠੇ ਹੋਏ ਆ ਨਮਾ ਬੇਰੇ ਨਾ ਨਮਾ ਬੇਰੇ ਨਾ ਐ ਕੌਣ ਕੌਣ ਆ ਤੇ ਵੀ ਆ ਦੋ ਪੀਸ ਖਾ ਦੇ ਨੇ ਕੇਕ ਇੱਕ ਪਲੇਟ ਖਾ ਦੇ ਨੇ ਬਾਕੀ ਜੁਸਾ ਦੋ ਗਲਾਸ ਪੀਤੇ ਨੇ ਬੁਝੋ ਨਾ ਛੱਡਾ ਹੀ ਥੋੜਾ ਲੇਟ ਹੀ ਜ਼ਰਾ ਅਸਾਂ ਸਿਸਟਮ ਜਿਹਾ ਬਣਾਇਆ ਸੀ ਜੀ ਉਹ ਬਣਾਇਆ ਸੀ ਬਾਹਰ ਵਾਲਾ ਇਸ ਬਾਸ਼ਾ ਨਹੀਂ ਵਜ੍ਹਾ ਤੋਂ ਅਸਾਂ ਕਿੱਥਾ ਆਇਆ ਹੁਣ ਦੁਬਾਰਾ ਜਾ ਕੇ ਬਾਕੀ ਉਹਨਾਂ ਅਜ਼ਾਨ ਵੀ ਹੋਣੀ ਵੀ ਵਸੇ ਜਾਣਾ ਅਸਾਂ ਨਮਾਜ਼ ਮਾਜ਼ ਵੀ ਪੜ੍ਹਨੀ ਆ ਉਸ ਤੋਂ ਪਤਾ ਆਇਆ ਨਾ ਫਿਰ ਤਾਂ ਬਾਕੀ ਉਹਨਾਂ ਨੂੰ ਵਾਮ ਕੇ ਨਹੀਂ ਜਾ ਸਕਦੇ ਦੁਬਾਰਾ ਸਾਡੀ ਖਿਦਮਤ ਦੀ ਸਾਥ ਅਸਾਂ ਨਹੀਂ ਨਹੀਂ ਵੀਡੀਓ ਕਿ ਹਾਜ਼ਰ ਹੋਣੇ ਸਾਡਾ ਤੱਕ ਦਿਓ ਇਜਾਜ਼ਤ ਇਮਾਨ ਅੱਲਾਹ